ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਸ ਕਲਾਕਾਰ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਕਲਾ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਨੇ। ਇਹ ਵੀਰ ਚੱਪਲ ਦੀ ਕਟਿੰਗ ਕਰਕੇ ਬਹੁਤ ਹੀ ਖੂਬਸੂਰਤ ਜੋ ਉਸ ਨੂੰ ਲੁੱਕ ਦਿੰਦਾ ਹੈ, ਅਸੀਂ ਤੁਹਾਨੂੰ ਉਸ ਦੇ ਬਾਰੇ ਗੱਲਬਾਤ ਕਰਵਾਵਾਂਗੇ। ਬਹੁਤ ਸਾਰੇ ਟਰੈਕਟਰ ਵੀਰ ਨੇ ਚੱਪਲਾਂ ਤੋਂ ਹੀ ਬਣਾਏ ਨੇ, ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਵਧੀਆ ਕਲਾ ਹੈ ਵੀਰ ਦੇ ਵਿੱਚ। ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਬਿਲਕੁਲ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ। ਆਓ ਦੋਸਤੋ ਸ਼ੁਰੂ ਕਰਦੇ ਹਾਂ। ਵੀਰ ਜੀ, ਹੋਰ ਟਰੈਕਟਰ ਜੋ ਅਸੀਂ ਇੰਨੇ ਸਾਰੇ ਵੀਡੀਓ ਦੇ ਵਿੱਚ ਦੇਖ ਰਹੇ ਹਾਂ, ਇਹਨਾਂ ਦੇ ਵਿੱਚੋਂ ਵੀ ਸਾਨੂੰ ਤੁਸੀਂ ਦਿਖਾਓ। ਇਹਨਾਂ ਦੇ ਵਿੱਚੋਂ ਅਸੀਂ ਟਰੈਕਟਰ ਕੋਈ ਨਹੀਂ ਵਿਕਾਓ ਕਰਨਾ, ਜਿਵੇਂ ਕਿ DT-14 ਟਰੈਕਟਰ ਹੈ ਜਿਹੜਾ ਮੈਂ ਪਹਿਲੀ ਵਾਰ ਬਣਾਇਆ, ਕਿ ਮੈਂ ਚਾਹੁੰਦਾ ਹਮੇਸ਼ਾ ਮੇਰੇ ਮਿਊਜ਼ੀਅਮ 'ਚ ਰਹੇ। ਇਹ ਲਾਂਚ ਟਰੈਕਟਰ 1951 ਦਾ ਮਾਡਲ, ਇਹ ਵੀ ਨਹੀਂ ਆਪਾਂ ਵੇਚਣਾ ਚਾਹੁੰਦੇ, ਇਹਦੀ ਸ਼ੋਅ ਉਦੋਂ ਖੁੱਲਦੀ ਹੁੰਦੀ ਸੀ, ਇਹਦੀਆਂ ਲਾਈਟਾਂ ਨੇ ਜਿਹੜੀਆਂ ਸਾਈਡ ਏਸੀ ਕਰਕੇ ਲੱਗੀਆਂ, ਬੈਲਾ ਰੂਸ ਵੀ ਆਪਣੇ ਕੋਲ ਇੱਕੋ ਹੀ ਪੀਸ ਟਰੈਕਟਰ ਦਾ। ਇਹ 37 ਦਾ ਸਕਾਊਟ ਆਪਾਂ ਕਦੇ ਵੇਚਣ ਵਾਸਤੇ ਨਹੀਂ ਤਿਆਰ ਕੀਤਾ, ਜਿੰਨੇ ਵੀ ਟਰੈਕਟਰ ਹੈਗੇ ਸਾਰੇ ਮੇਰੇ ਜਾਨ ਤੋਂ ਪਿਆਰੇ ਨੇ। ਉਸ ਤੋਂ ਬਾਅਦ ਜਿਵੇਂ ਤੁਸੀਂ, ਮੈਂ 3600 ਟਰੈਕਟਰ ਜ਼ਰੂਰ, ਇੱਕ ਸਾਰੇ ਸਾਡੇ ਪੰਜਾਬੀਆਂ ਦੀ ਪਸੰਦ ਆ, ਹਰ ਇੱਕ ਵੀਰ ਦੀ 3600 ਟਰੈਕਟਰ ਮੈਂ 5,000-7500 ਰੁਪਇਆ, 10,000 ਰੁਪਇਆ ਤੱਕ, 15,000 ਰੁਪਏ ਤੱਕ ਵੀ ਇਹਨਾਂ ਦਾ ਵੀਰਾਂ ਨੇ ਇੱਕ ਟਰੈਕਟਰ ਖਰੀਦਿਆ ਹੋਇਆ। ਵੈਸੇ ਦੀ ਕੀਮਤ ਮੈਂ 7500 ਰੁਪਏ ਤੱਕ ਰੱਖਦਾ, ਉਦੋਂ ਵੀ ਜ਼ਿਆਦਾ ਵੀਰ ਦੇ ਜਾਂਦੇ ਨੇ ਕਈ ਵਾਰੀ, ਪਰ ਇਹ ਵੀ ਸੰਭਾਲ ਕੇ ਰੱਖਣ ਵਾਲਾ, ਕਿਉਂਕਿ ਟਰੈਕਟਰ ਨਹੀਂ ਮੇਰਾ ਤੁਹਾਡੇ ਘਰ ਜਦੋਂ ਪਿਆ, ਇਹ ਨਹੀਂ ਹੈਗਾ ਵੀ ਇੱਕ ਸੱਚਮੁੱਚ ਦਾ ਬੋਰਡ ਤੁਸੀਂ ਮੰਡੀਆਂ ਤੋਂ ਜਿੰਨੇ ਮਰਜ਼ੀ ਖਰੀਦ ਸਕਦੇ ਹੋ, ਪਰ ਇਹ ਚੱਪਲ ਦਾ ਬਣਿਆ ਹੋਇਆ 4 ਟਰੈਕਟਰ ਤੁਹਾਨੂੰ ਲਾਠੀ ਵੀਰ ਦਾ, ਜੇ ਤੁਸੀਂ ਖਰੀਦਦੇ ਹੋ ਤਾਂ ਇਹਨੂੰ ਸੰਭਾਲ ਕੇ ਜ਼ਰੂਰ ਰੱਖੋ। ਹਾਂਜੀ ਵੀਰੋ, ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਪੁਰਾਣੇ ਮਾਡਲ ਦੇ ਟਰੈਕਟਰ ਫੋਰਡ ਆਇਆ ਕਰਦੇ ਸੀ, ਬਹੁਤ ਹੀ ਫੇਮਸ ਟਰੈਕਟਰ ਰਿਹਾ ਇਹ 1990-92 ਤੱਕ, ਤਾਂ ਨਵੇਂ ਟਰੈਕਟਰ ਆਏ ਨੇ, ਬਹੁਤ ਫੇਮਸ ਟਰੈਕਟਰ ਰਿਹਾ, ਬਿਲਕੁਲ ਨਵੇਂ ਟਰੈਕਟਰ ਵਰਗੀ ਲੁੱਕ ਵੀਰ ਨੇ ਦਿੱਤੀ ਹੈ। ਜਿਸ ਤਰ੍ਹਾਂ ਹੁਣ ਮਾਲਵਾ ਟਰੈਕਟਰ ਵਰਕਸ਼ਾਪ ਵਾਲੇ ਫੋਰਡ ਨੂੰ ਮੋਡੀਫਾਈ ਕਰਦੇ ਨੇ, ਅਤੇ ਵੀਰ ਨੇ ਵੀ ਦੇਖੋ ਤੁਸੀਂ ਫੋਰਡ ਬਣਾਇਆ ਮੋਡੀਫਾਈ ਕਰਕੇ, ਬਹੁਤ ਹੀ ਵਧੀਆ ਛਤਰੀ ਲਾਈ ਗਈ ਹੈ, ਇਹਦੇ ਸਾਰਾ ਕੁਝ ਬਿਲਕੁਲ ਓਰਿਜਿਨਲ ਟਰੈਕਟਰ ਵਾਂਗੂ ਦਿੱਤਾ ਹੈ, ਟਰੈਕਟਰ ਤੋਂ ਨਿਗਾਹ ਪਾਸੇ ਨਹੀਂ ਹੋ ਰਹੀ। ਵੀਰ ਜੀ, ਇਹ ਟਰੈਕਟਰ ਨੂੰ ਬਣਾਉਣ ਦੇ ਵਿੱਚ ਤੁਹਾਡਾ ਕਿੰਨਾ ਸਮਾਂ ਲੱਗ ਗਿਆ, ਸਾਨੂੰ ਇਹ ਦੱਸੋ। ਹਾਂਜੀ ਵੀਰ ਜੀ, ਸਾਰਿਆਂ ਤੋਂ ਘੱਟ ਸਮਾਂ ਜਿਹੜਾ ਮੈਨੂੰ ਟਰੈਕਟਰ ਤੇ ਲੱਗਦਾ ਫੋਰਡ ਤੇ ਲੱਗਦਾ, ਘੱਟ ਸਮਾਂ ਫੋਰਡ ਤੇ ਲੱਗਦਾ ਸਾਰਿਆਂ ਤੋਂ ਘੱਟ, ਕਿਉਂਕਿ ਦੂਜੇ ਨਵੇਂ ਟਰੈਕਟਰ ਨੂੰ ਮੈਨੂੰ ਬੜੇ ਬਣਾਉਣੇ ਔਖੇ, ਫੋਰਡ ਟਰੈਕਟਰ ਨੂੰ ਮੈਂ 4-5 ਦਿਨਾਂ ਦੇ ਵਿੱਚ ਕੰਪਲੀਟ ਕਰ ਦਿੰਦਾ, ਤੇ ਦੂਜਾ ਤੇ ਤਾਂ ਮੈਨੂੰ ਪਤਾ ਮਹੀਨਾ ਵੀ ਲੱਗ ਜਾਣ। ਅਰਜਨ ਟਰੈਕਟਰ ਤੁਸੀਂ ਵੇਖਿਆ 1.5 ਮਹੀਨੇ ਦੇ ਵਿੱਚ ਅਰਜਨ ਆਪਾਂ ਤਿਆਰ ਕੀਤਾ ਸੀਗਾ, 1.5 ਮਹੀਨਾ, ਕਿਉਂਕਿ ਅਰਜਨ ਜਿਹੜਾ ਨਵਾਂ ਬਣਾਉਣਾ ਤਾਂ ਹਜ਼ਾਰਾਂ ਵਾਰ ਵੇਖਣਾ ਪੈਂਦਾ, ਫਿਰ ਸੋਚਣਾ ਪੈਂਦਾ ਵੀ ਕਿੱਦਾਂ ਇਹਦੇ ਸ਼ੋਅ ਦੇ ਵਿੱਚ ਨਾ ਪਿੰਗ ਬਾਲ ਬਹੁਤ ਜ਼ਿਆਦਾ ਨੇ। ਫੋਰਡ ਟਰੈਕਟਰ ਮੈਂ ਸਭ ਤੋਂ ਵੱਧ ਬਣਾ ਕੇ, ਮੈਨੂੰ ਸ਼ੌਂਕ ਵੀ ਫੋਰਡ ਦਾ ਹੀ ਹੈ ਜ਼ਿਆਦਾ, ਅਤੇ ਮੈਂ ਵੇਚਣਾ ਵੀ ਇਹ ਚਾਹੁੰਦਾ, ਜੇ ਮੇਰਾ ਕਿਸੇ ਨੇ ਖਰੀਦਣਾ ਵੀ ਤਾਂ ਮੇਰਾ ਫੋਰਡ ਟਰੈਕਟਰ ਹੀ ਖਰੀਦੇ, ਫੋਰਡ ਟਰੈਕਟਰ ਮੇਰਾ ਮੰਗੀ ਮੇਰਾ ਦਿਲ ਨਾ ਤੋੜੇ, ਫੋਰਡ ਟਰੈਕਟਰ ਮੈਂ ਕੋਈ ਨਹੀਂ ਵੇਚਣਾ ਚਾਹੁੰਦਾ। ਕਿਉਂਕਿ ਵੀਰ ਜੀ ਨੇ ਦੱਸਿਆ ਕਿ ਫੋਰਡ ਟਰੈਕਟਰੀ ਵੀਰਾਂ ਨੂੰ ਪਸੰਦ ਹੈ, ਤੇ ਫੋਰਡ ਟਰੈਕਟਰੀ ਸਿਰਫ ਵੀਰ ਜੀ ਹੋਰਾਂ ਕੋਲ ਸੇਲ ਦੇ ਲਈ ਮੌਜੂਦ ਹੈ, ਬਾਕੀ ਜਿਹੜੇ ਟਰੈਕਟਰ ਨੇ ਉਹ ਵੀਰਾਂ ਨੇ ਦਿਖਾਉਣ ਦੇ ਲਈ ਲੋਕਾਂ ਨੂੰ ਰੱਖੇ ਹੋਏ ਨੇ। ਬਹੁਤ ਸਾਰੇ ਬਣਾਉਣੇ ਆ ਵੱਖਰੇ ਵੱਖਰੇ ਮਾਡਲ, ਜਿਵੇਂ ਆਪਣੇ ਕੋਲ ਪੁਰਾਣੇ ਟਰੈਕਟਰ ਬਹੁਤ ਜ਼ਿਆਦਾ, ਇੱਕ ਹਿੰਦੁਸਤਾਨ ਇਹ ਹੋ ਗਿਆ, ਇੱਕ ਹਿੰਦੁਸਤਾਨ ਤੁਸੀਂ ਉੱਧਰ ਵੇਖਿਆ ਇੱਕ ਹੋਰ ਲਾਲ ਰੰਗ ਦਾ ਹਿੰਦੁਸਤਾਨ ਹੁੰਦਾ ਸੀ ਜਿਹੜਾ ਨਵਾਂ ਬਣਾਉਣਾ ਆਪਾਂ, ਉੱਥੇ ਵੱਖਰੇ ਵੱਖਰੇ ਟਰੈਕਟਰ ਮੇਰੇ ਅੰਦਰ ਬੜੇ ਭੱਜੇ ਫਿਰਦੇ ਜਿਹੜੇ ਮੈਂ ਬਣਾਉਣੇ ਆ, ਹੋਰ ਵੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦਿਖਾਵਾਂਗੇ। ਜਿਵੇਂ ਇੱਧਰ ਟਰੈਕਟਰ ਤੁਸੀਂ ਵੇਖ ਰਹੇ ਹੋ, ਅਰਜਨ ਮੈਂ ਤੁਹਾਨੂੰ ਕਿਹਾ ਸੀ ਅਰਜਨ ਇਹ ਖੜਾ, ਅਰਜਨ ਵੀ ਆਪਾਂ ਦਰਸ਼ਕਾਂ ਨੂੰ ਦਿਖਾਈਏ ਜੀ। ਹੁਣ ਇਸ ਟਰੈਕਟਰ ਦੀ ਜਦੋਂ ਬੰਦਾ ਮੇਰੇ ਤੋਂ ਕੀਮਤ ਪੁੱਛਦਾ ਤਾਂ ਮੇਰੇ ਦੱਸਣ ਤੋਂ ਬਾਹਰ ਹੋ ਜਾਂਦੀ ਹੈ। ਇਹਨੂੰ ਮੈਂ 1.5 ਮਹੀਨੇ 'ਚ ਤਿਆਰ ਕੀਤਾ ਜੀ, ਇਸ ਟਰੈਕਟਰ ਨੂੰ ਪੂਰਾ 1.5 ਮਹੀਨਾ ਲੱਗਿਆ, ਜੋ ਕਿ ਦਰਸ਼ਕਾਂ ਨੇ ਬੜਾ ਪਿਆਰ ਦਿੱਤਾ ਇਸ ਟਰੈਕਟਰ ਨੂੰ, ਵੇਖ ਸਕਦੇ ਮੁੜਦਾ ਵੀ ਹੈ, ਆਪਾਂ ਇਹਨੂੰ ਥੱਲੇ ਚਲਾ ਕੇ ਵੀ ਦਿਖਾ ਦੇਣਾ ਦਰਸ਼ਕਾਂ ਨੂੰ, ਤੁਸੀਂ ਵੇਖ ਸਕਦੇ ਚਲਦਾ ਵੀ। ਕਿਆ ਬਾਤ ਨੇ ਸਰ, ਤੁਸੀਂ ਇਹ ਦੇਖ ਇੱਕ ਕਿਵੇਂ ਟਰੈਕਟਰ ਨੂੰ ਦਿੱਤੀ, ਵੀ ਇਹਨੂੰ ਆਪਾਂ ਵਰਕ ਲਈ ਵੀ ਦੇਖ, ਵੀ ਇਹ ਵਰਕ ਵੀ ਕਰ ਰਿਹਾ, ਅਸੀਂ ਦੇਖ ਸਕਦੇ ਹਾਂ ਵੀ ਇਹਦੇ ਜਿਹੜੇ ਟਾਇਰ ਹੈ ਪਿੱਛੇ ਵਾਲੇ ਅੱਗੇ ਵਾਲੇ ਉਹ ਵੀ ਘੁੰਮ ਰਹੇ ਆ, ਸ਼ੀਸ਼ਾ ਵਗੈਰਾ ਸਾਰਾ ਕੁਝ ਲਾਇਆ ਗਿਆ ਵੀਰ ਜੀ ਇਸ ਟਰੈਕਟਰ ਨੂੰ। ਸਾਈਡ ਤੇ ਹੁੰਦੀਆਂ ਬਾਹਾਂ ਰੱਖਣ ਵਾਸਤੇ ਆਰਾਮਦਾਰ, ਨਾ ਟਰੈਕਟਰ ਚਲਾਉਣ ਦੇ ਵਿੱਚ ਬੜਾ ਆਰਾਮਦਾਇਕ ਹੁੰਦਾ, ਕਿਉਂਕਿ ਇਹ ਤੁਸੀਂ ਇਹਦੇ ਕਲੱਚ ਦੇਖਣੇ ਜਿਹੜੇ ਉੱਪਰੋਂ ਆ ਰਹੇ ਆ, ਇਹ ਡੰਡੇ ਵੀ ਇੱਥੇ ਹੁੰਦੇ ਇਧਰੋਂ ਚੜ੍ਹਨ ਵਾਸਤੇ, ਕਿਉਂਕਿ ਬਹੁਤ ਜ਼ਿਆਦਾ ਇਹਦੇ ਸਹੂਲਤਾਂ ਹੁੰਦੀਆਂ, ਟੈਂਕੀ ਦਾ ਤਾਂ ਲੋਕ ਲੱਗਦਾ ਹੁੰਦਾ ਟੈਂਕੀ ਨੂੰ ਉੱਪਰੋਂ, ਇਸ ਕਰਕੇ ਲਾਇਆ ਗਿਆ। ਉਸ ਤੋਂ ਬਾਅਦ ਸਾਰੇ ਤੋਂ ਜਿੰਨੇ ਵੀ ਦੇ ਪਾਰਟ ਵੇਖ ਸਕਦੇ ਸਾਰੇ ਤੌੜੀਆਂ ਚੜ੍ਹਨ ਵਾਸਤੇ 3 ਹੀ ਹੁੰਦੇ ਇਹਦੇ, ਇਸੇ ਤਰ੍ਹਾਂ ਪਲਾਏ ਜਿੰਨਾ ਵੀ ਹੋ ਸਕਿਆ ਮੇਰੇ ਤੋਂ। ਮੈਂ ਆਪਣੀ ਕੋਸ਼ਿਸ਼ ਵੱਲੋਂ ਕੋਈ ਮਤਲਬ ਮਾਲਕ ਦੀ ਕਿਰਪਾ ਦੇ ਵਿੱਚ ਘਾਟ ਨਹੀਂ ਛੱਡਣਾ ਚਾਹੁੰਦਾ, ਹੋਰ ਵੀ ਮੇਰਾ ਇਹ ਹੁੰਦਾ ਵੀ ਮੈਂ ਨਵਾਂ ਟਰੈਕਟਰ ਫੇਰ ਬਣਾ ਕੇ ਤੁਹਾਨੂੰ ਦਿਖਾ ਸਕਦਾ। ਵੀਰ ਜੀ ਨੇ ਦੇਖੋ ਜੋ ਅਰਜਨ ਟਰੈਕਟਰ ਆਪਾਂ ਨੂੰ ਦਿਖਾਇਆ ਹੈ ਉਹਦੇ ਤੇ ਹਰ ਚੀਜ਼ ਹੈ ਜਿਹੜੀ ਓਰਿਜਿਨਲ ਟਰੈਕਟਰ ਵਾਂਗੂ ਦਿੱਤੀ ਹੈ, ਤੁਸੀਂ ਦੇਖ ਸਕਦੇ ਹੋ ਕਿ ਚੜ੍ਹਨ ਦੇ ਲਈ ਵੀ ਜੋ ਸਿਸਟਮ ਟਰੈਕਟਰ ਦੇ ਆਉਂਦਾ ਹੈ ਉਸੇ ਤਰ੍ਹਾਂ ਲਗਾਇਆ ਗਿਆ, ਸੀਟ ਦੇ ਉੱਪਰ ਫਿਲਟਰ ਵਗੈਰਾ ਲਗਾਏ ਗਏ, ਸਲੰਸਰ ਸ਼ੀਸ਼ਾ ਹਰ ਚੀਜ਼ ਬਿਲਕੁਲ ਓਰਿਜਿਨਲ ਟਰੈਕਟਰ ਦੇ ਵਾਂਗੂ ਵੀਰਾਂ ਨੇ ਬਣਾਈ ਹੈ। ਵੀਰ ਜੀ, ਇਸ ਟਰੈਕਟਰ ਨੂੰ ਬਣਾਉਣ ਦੇ ਵਿੱਚ ਤੁਹਾਡਾ ਕਿੰਨਾ ਸਮਾਂ ਜੋ ਲੱਗਿਆ, ਤੇ ਕਿਸ ਕਿਸ ਮਟੀਰੀਅਲ ਨੂੰ ਮਿਕਸ ਕਰਕੇ ਤੁਸੀਂ ਇਸ ਟਰੈਕਟਰ ਨੂੰ ਬਣਾਇਆ ਜੀ? ਮਟੀਰੀਅਲ ਆਪਾਂ ਕੋਈ ਮਿਕਸ ਨਹੀਂ ਕੀਤਾ, ਮਟੀਰੀਅਲ ਸਾਰੀ ਚੱਪਲ ਹੀ ਆ,
ਜਿਹੜਾ ਆਪਾਂ ਬਣਾਇਆ ਤੇ ਵੱਖਰਾ ਬਣਾਇਆ ਕਿਉਂਕਿ ਇਹਦੀ ਜਗ੍ਹਾ ਬੜੀ ਖੁੱਲੀ ਹੁੰਦੀ ਹੈ। ਉਸ ਤੋਂ ਬਾਅਦ ਇਹਦੇ ਸ਼ੋਅ ਦੀਆਂ ਗਲਾਈਆਂ ਨੇ ਜਿਹੜੇ ਮੀਟਰ ਕਿੱਥੇ ਨੇ, ਇਹਨਾਂ ਚੀਜ਼ਾਂ ਨੂੰ ਮੈਂ ਟਰੈਕਟਰ ਨੂੰ ਵੇਖ ਕੇ ਓਰਿਜਨਲ ਨੂੰ ਫਿਰ ਉਸ ਦੇ ਹਿਸਾਬ ਨਾਲ, ਕਿਉਂਕਿ ਇਹਦਾ ਆਕਾਰ ਬੜਾ ਛੋਟਾ, ਵੱਡੇ ਨੂੰ ਇਹ ਬਹੁਤ ਜ਼ਿਆਦਾ ਛੋਟਾ, ਵੱਡੇ ਨੂੰ ਆਪਾਂ ਮੰਨ ਲਈਏ 5-7 ਫੁੱਟ ਦਾ ਟਰੈਕਟਰ ਤਾਂ ਲਾਜ਼ਮੀ ਹੁੰਦਾ 10 ਫੁੱਟ ਦਾ, ਅਤੇ ਆਪਣਾ ਸਿਰਫ ਇੱਕ ਫੁੱਟ ਦੇ ਵਿੱਚ ਆ, ਕਿਉਂਕਿ ਇਹਦਾ ਆਕਾਰ ਜੇ ਕੋਈ ਵੱਡੀ ਚੀਜ਼ ਛੋਟੀ ਲੱਗ ਗਈ ਇਹਦੇ ਤਾਂ ਫਿਰ ਇਹਦਾ ਸਾਰੀ ਖੂਬਸੂਰਤੀ ਜਿਹੜੀ ਸਾਰੀ ਖਤਮ ਹੋ ਜਾਂਦੀ ਆ। ਇਸੇ ਕਰਕੇ ਇਹਨੂੰ ਟਾਈਮ ਲੱਗਦਾ ਨਵੇਂ ਟਰੈਕਟਰ ਨੂੰ ਬਣਾਉਣ ਵਾਸਤੇ, ਹੋਰ ਮਟੀਰੀਅਲ 'ਚ ਆਪਾਂ ਕੋਈ ਵਰਤੋਂ ਨਹੀਂ, ਮਟੀਰੀਅਲ ਚੱਪ ਲਈ ਹੈ ਸਾਰੀ। ਕਿੰਨੇ ਸਮੇਂ ਦੇ ਵਿੱਚ ਵੀਰ ਜੀ ਤੁਸੀਂ ਇਹਨੂੰ ਬਣਾ ਕੇ ਜਿਹੜਾ ਉਹ ਰੈਡੀ ਕੀਤਾ ਹੈਗਾ? ਇਹਨੂੰ 1.5 ਮਹੀਨੇ ਦੇ ਵਿੱਚ ਵੀਰ ਜੀ। ਬਹੁਤ ਲੰਮਾ ਸਮਾਂ ਇਸ ਟਰੈਕਟਰ ਨੂੰ ਬਣਾਉਣ ਦੇ ਵਿੱਚ ਲੱਗ ਜਾਂਦਾ? ਜ਼ਿਆਦਾ ਲੰਮਾ ਟਾਈਮ ਮੈਨੂੰ ਲੱਗਿਆ, ਕਿਉਂਕਿ ਮੇਰੀ ਇਹ ਸੀ, ਮੈਂ ਇਹ ਸੋਚਦਾ ਹੁੰਦਾ ਸੀ ਪਹਿਲਾਂ ਕਿ ਮੈਂ ਅਰਜਨ ਟਰੈਕਟਰ ਬਣਾ ਨਹੀਂ ਸਕਦਾ ਕਦੇ ਵੀ। ਪ੍ਰੀਤ ਤੇ ਮੈਨੂੰ ਮਹੀਨੇ ਵਾਂਗੂ ਲੱਗ ਗਿਆ ਸੀਗਾ, ਜਿਵੇਂ 380 ਆ। ਪ੍ਰੀਤ ਟਰੈਕਟਰ ਵੀ ਤੁਸੀਂ ਸਾਨੂੰ ਬਾਹਰ ਕੱਢ ਕੇ ਦਰਸ਼ਕਾਂ ਨੂੰ ਦਿਖਾਓ। ਜ਼ਰੂਰ ਜ਼ਰੂਰ। ਪ੍ਰੀਤ ਵੀ ਬਹੁਤ ਸੋਹਣਾ ਬਣਿਆ, ਦਾਦਾ ਜੀ ਕਿਰਪਾ ਨਾਲ ਬਹੁਤ ਜ਼ਿਆਦਾ ਪਿਆਰ ਕੀਤਾ, ਤੁਸੀਂ ਪ੍ਰੀਤ ਦੇਖ ਸਕਦੇ ਹੋ। ਪ੍ਰੀਤ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਵੀਰ ਹੋਰਾਂ ਨੇ ਕਿੱਡੀ ਸੋਹਣੀ ਇਹਨੂੰ ਲੁੱਕ ਦਿੱਤੀ ਹੈ। ਇੱਕ ਤੋਂ ਇੱਕ ਟਰੈਕਟਰ ਜੋ ਵੀਰ ਸਾਨੂੰ ਦਿਖਾ ਰਹੇ ਨੇ, ਇੱਕ ਤੋਂ ਇੱਕ ਦੀ ਬਣਤਰ ਜਿਹੜੀ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ। ਮੈਨੂੰ ਆਪ ਖੁਦ ਨੂੰ ਅੰਦਾਜ਼ਾ ਨਹੀਂ ਹੋ ਰਿਹਾ ਕਿ ਕਿਸ ਟਰੈਕਟਰ ਦੀ ਜ਼ਿਆਦਾ ਮੈਂ ਤਾਰੀਫ ਕਰਾਂ। ਚੱਲਦਾ ਵੀਰ ਜੀ, ਕਹਿੰਦੇ ਨੇ ਵੀ ਇਹ ਟਰੈਕਟਰ ਵੀ ਵਰਕ ਦੇ ਵਿੱਚ ਹੈ, ਤੁਸੀਂ ਦੇਖ ਸਕਦੇ ਹੋ ਕਿ ਪੂਰਾ ਟਾਇਰ ਇਹਦੇ ਘੁੰਮ ਰਹੇ ਨੇ। ਇੱਕ ਹਿੰਦੁਸਤਾਨ ਟਰੈਕਟਰ ਵੀਰਾਂ ਨੇ ਬਣਾਇਆ ਹੈ, ਤੁਸੀਂ ਦੇਖ ਸਕਦੇ ਹੋਗੇ। ਬਹੁਤ ਹੀ ਖੂਬਸੂਰਤ ਲੁੱਕ ਇਸ ਨੂੰ ਦਿੱਤੀ ਗਈ ਹੈ। ਵੀਰ ਜੀ ਪਹਿਲਾਂ ਤੁਸੀਂ ਸਾਨੂੰ ਪ੍ਰੀਤ ਟਰੈਕਟਰ ਬਾਰੇ ਦੱਸੋ ਵੀ ਇਹ ਕਦੋਂ ਤੁਸੀਂ ਬਣਾਉਣਾ ਸਟਾਰਟ ਕੀਤਾ ਸੀਗਾ? ਇਹਨੂੰ ਹੋ ਗਏ ਘੱਟ-ਘੱਟ ਬਣੇ ਨੂੰ 3 ਕੁ ਮਹੀਨੇ ਹੋ ਗਏ ਟਰੈਕਟਰ ਨੂੰ, 3 ਕੁ ਮਹੀਨੇ ਪਹਿਲਾਂ ਦਾ ਬਣਿਆ ਹੋਇਆ ਹੈ। ਤੇ ਇਹ ਮੈਂ ਪ੍ਰੀਤ ਟਰੈਕਟਰ ਵੀ ਜਦੋਂ ਵੇਖਦਾ ਹੁੰਦਾ ਸੀ, ਮੈਨੂੰ ਸਰੋਤਿਆਂ ਦੀਆਂ ਡਿਮਾਂਡਾਂ ਨੇ ਸਾਰੀਆਂ, ਸਾਰੀ ਤੁਹਾਡੀ ਦੇਣ ਆ, ਮੇਰੇ 'ਚ ਕੁਛ ਨਹੀਂ ਹੈਗਾ। ਕਿਉਂਕਿ ਜਿਵੇਂ ਵੀਰਾਂ ਨੇ ਵੱਖਰੇ ਵੱਖਰੇ ਫੋਨ ਕਰ ਰਹੇ ਵੀ ਜੀ ਮੈਨੂੰ ਪ੍ਰੀਤ ਬੜਾ ਪਿਆਰਾ ਲੱਗਦਾ ਜੀ, ਤੁਸੀਂ ਪ੍ਰੀਤ ਤਿਆਰ ਕਰੋ, ਤਾਂ ਬਸ ਇਹ ਤੁਹਾਡੇ ਸਰੋਤਿਆਂ ਦੀ ਦੇਣ ਆ। ਹੁਣ ਬਹੁਤ ਸਾਰੇ ਵੀ ਟਰਾਲਿਆਂ ਦੀ ਡਿਮਾਂਡ ਕਰਦੇ ਆ, ਬਹੁਤ ਸਾਰੇ ਗੱਡੀਆਂ ਦੀ ਡਿਮਾਂਡ ਕਰਦੇ ਆ, ਬਹੁਤ ਸਾਰੇ ਇਹੋ ਜਿਹੇ ਸਰੋਤੇ ਪਏ ਆ ਜਿਹੜੇ ਕਹਿੰਦੇ ਰਾਠੀ ਤੂੰ ਪੈਸਿਆਂ ਦੀ ਪਰਵਾਹ ਨਾ ਕਰ, ਸਾਡੀ ਇਹ ਚੀਜ਼ ਤਿਆਰ ਕਰਦੇ। ਪਰ ਮੈਂ ਕਹਿੰਦਾ ਮੈਥੋਂ ਕਾਰਾਂ ਗੱਡੀਆਂ 'ਚ ਹੱਥ ਮੇਰਾ ਚੱਲਦਾ ਨਹੀਂ, ਮੈਂ ਟਰੈਕਟਰ ਹੀ ਜ਼ਿਆਦਾ ਬਣਾ ਕੇ ਖੁਸ਼ ਹਾਂ ਵੀਰੋ, ਇਸ ਕਰਕੇ ਮੈਂ ਹਰ ਇੱਕ ਦੀ ਡਿਮਾਂਡ ਮੈਥੋਂ ਪੂਰੀ ਨਹੀਂ ਹੋ ਸਕਦੀ। ਅੱਛਾ ਵੀਰ ਜੀ, ਜੋ ਟਰੈਕਟਰ ਅਸੀਂ ਦੇਖੇ ਆ ਵੀਡੀਓ ਦੇ ਵਿੱਚ ਪ੍ਰੀਤ ਫੋਰਡ, ਇਹ ਤੁਹਾਨੂੰ ਡਿਮਾਂਡ ਦੇ ਉੱਪਰ ਕਿਸੇ ਵੀਰ ਨੇ ਤੁਹਾਨੂੰ ਕਾਲ ਕੀਤੀ ਹੈ ਵੀ ਮੈਨੂੰ ਇਸ ਚੀਜ਼ ਚਾਹੀਦੀ ਹੈ? ਨਹੀਂ ਨਹੀਂ, ਚਾਹੀਦੀ ਵਾਸਤੇ ਮੈਂ ਕਹਿਣਾ ਹੁੰਦਾ ਹਮੇਸ਼ਾ ਹੀ ਵੀ ਮੈਂ ਬਣਾਊਂਗਾ ਜ਼ਰੂਰ, ਜਿਹੜਾ ਮੈਨੂੰ ਤੁਸੀਂ ਟਰੈਕਟਰ ਭੇਜਤਾ, ਪਰ ਮੈਂ ਤੁਹਾਡੇ ਲਈ ਨਹੀਂ ਬਣਾ ਸਕਦਾ, ਮੈਂ ਆਪਣੇ ਮਿਊਜ਼ੀਅਮ ਵਾਸਤੇ ਤਿਆਰ ਕਰਦਾ ਉਹਨਾਂ ਟਰੈਕਟਰ ਨੂੰ, ਜਿਵੇਂ ਮੈਂ ਵੇਚਣ ਵਾਸਤੇ ਤਾਂ ਫੋਰਡ ਹੀ ਟਰੈਕਟਰ ਤਿਆਰ ਕਰਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਿੰਦੁਸਤਾਨ ਵੀਰ ਲੈ ਕੇ ਗਿਆ, ਤਾਂ ਮੈਨੂੰ ਬੜਾ ਔਖਾ ਹੋ ਗਿਆ ਮੋੜਨਾ ਜਦੋਂ ਉਹਨਾਂ ਨੇ ਇੰਨੇ ਲੰਬੇ ਟਾਈਮ 'ਚ ਮੈਨੂੰ ਭਾਲਿਆ। ਐਂ ਕਰਕੇ ਕੋਈ ਆ ਜਾਏ ਤਾਂ ਮੈਂ ਕਹਿ ਨਹੀਂ ਸਕਦਾ ਕਿਸੇ ਦਾ, ਮੈਨੂੰ ਬਹੁਤ ਜ਼ਿਆਦਾ ਫਿਰ, ਕਿਉਂਕਿ ਔਖਾ ਹੋ ਜਾਂਦਾ ਵੀਰ ਬੰਦੇ ਨੇ ਇੰਨੀ ਮਿਹਨਤ ਕੀਤੀ ਆ ਤੁਹਾਡੇ ਕੋਲ ਆਉਣ ਵਾਸਤੇ, ਹੈ ਨਾ। ਅਤੇ ਜੇ ਮੈਂ ਤੁਹਾਨੂੰ ਦੱਸ ਘੰਟੇ ਪਿੱਛੇ ਜਿਵੇਂ 7 ਘੰਟੇ 'ਚ ਬਾਈ ਨੇ ਸਾਨੂੰ ਲੱਭਿਆ ਸੀਗਾ, ਵੀਰ ਦਾ ਕਹਿੰਦਾ ਸੀ ਮੈਂ ਤੈਨੂੰ ਸੱਚਮੁੱਚ ਦਾ ਹਿੰਦੁਸਤਾਨ ਇੱਥੇ ਲਿਆ ਦਿੰਦਾ, ਤਾਂ ਫਿਰ ਮੈਨੂੰ ਉਹੋ ਜਿਹੇ ਵੀਰਾਂ ਨੂੰ ਮੋੜਨਾ ਬਹੁਤ ਔਖਾ ਹੋ ਜਾਂਦਾ, ਅਤੇ ਨਹੀਂ ਮੈਂ ਤੇ ਇਹਨਾਂ ਨੂੰ ਚਾਹੁੰਦਾ ਕੋਈ ਟਰੈਕਟਰ ਫੋਰਡ ਤੋਂ ਬਿਨਾਂ। ਵੀਰ ਜੀ ਨੇ ਦੇਖੋ ਇੱਕ ਕਲਾਕਾਰ ਦਾ ਦਿਲ ਹੈ ਜੋ ਬਹੁਤ ਨਾਜ਼ੁਕ ਹੁੰਦਾ। ਵੀਰ ਜੀ ਪਹਿਲਾਂ ਹੀ ਕਹਿ ਰਹੇ ਹੈ ਕਿ ਕਾਫੀ ਸਾਰੇ ਟਰੈਕਟਰ ਉਹਨਾਂ ਨੇ ਬਣਾਏ ਹੋਏ ਨੇ, ਇਹ ਸਿਰਫ ਉਹਨਾਂ ਨੇ ਆਪਣੇ ਮਿਊਜ਼ੀਅਮ ਦੇ ਲਈ ਬਣਾਏ ਨੇ, ਸਿਰਫ ਫੋਰਡ ਟਰੈਕਟਰ ਹੈ ਜੋ ਉਹੀ ਸੇਲ ਦੇ ਲਈ ਹੈ। ਜੇ ਕੋਈ ਵੀ ਵੀਰ ਖਰੀਦਣਾ ਚਾਹੁੰਦਾ ਹੈ ਤਾਂ ਵੀਰਾਂ ਨਾਲ ਉਹ ਸੰਪਰਕ ਕਰ ਸਕਦਾ ਹੈਗਾ। ਬਾਕੀ ਇਹਨਾਂ ਦੇ ਮਿਊਜ਼ੀਅਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਲਈ ਨੇ, ਤੁਸੀਂ ਇੱਥੇ ਆਓ ਮਿਊਜ਼ੀਅਮ ਵੀਰਾਂ ਦਾ ਦੇਖੋ। ਉਹਨਾਂ ਨੇ ਖੁਦ ਹੀ ਆਪਣੀ ਕਲਾ ਦੇ ਨਾਲ ਜੋ ਬਹੁਤ ਵਧੀਆ ਮਿਊਜ਼ੀਅਮ ਇੱਥੇ ਬਣਾਇਆ ਹੋਇਆ, ਥੋੜ੍ਹਾ ਅਸੀਂ ਮਿਊਜ਼ੀਅਮ ਵੀਡੀਓ ਦੇ ਵਿੱਚ ਕਵਰ ਕਰ ਰਹੇ ਹਾਂ। ਬਾਕੀ ਮਿਊਜ਼ੀਅਮ ਤੁਸੀਂ ਆ ਕੇ ਇੱਥੇ ਵੀਡੀਓ ਦੇ ਵਿੱਚ ਪੂਰਾ ਪ੍ਰੋਪਰ ਅਸੀਂ ਨਹੀਂ ਦਿਖਾ ਸਕਦੇ, ਤੁਸੀਂ ਆ ਕੇ ਦੇਖੋ ਵੀਰ ਹੋਰਾਂ ਦੇ ਕੋਲ। ਵੀਰ ਜੀ ਇੱਕ ਵਾਰ ਤੁਸੀਂ ਆਪਣਾ ਪ੍ਰੋਪਰ ਐਡਰੈਸ ਸਾਨੂੰ ਦੁਬਾਰਾ ਫੇਰ ਦੱਸੋ। ਹਾਂਜੀ ਮੇਰੇ ਪਿਆਰੇ ਵੀਰੋ, ਜਿਹੜਾ ਤੁਸੀਂ ਮਰਾਠੀ ਕਲਾ ਕੇਂਦਰ ਵੇਖਣਾ, ਜਦੋਂ ਆਪਾਂ ਬਠਿੰਡੇ ਤੋਂ ਆਈਏ ਮਾਨਸਾ ਨੂੰ ਤਾਂ ਭਾਈ ਦੇਸੇ ਦਾ ਅੱਡਾ ਆਉਂਦਾ ਜਿੱਥੇ ਕਿ ਖਾਲਸਾ ਨਰਸਰੀ ਹੁੰਦੀ ਹੈ, ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਖਾਲਸਾ ਨਰਸਰੀ। ਇੱਧਰੋਂ ਮਾਨਸਾ ਤੋਂ ਆਈਏ ਬਠਿੰਡੇ ਵੱਲ ਨੂੰ ਤਾਂ ਉੱਥੇ ਵੀ ਭਾਈ ਦੇਸੇ ਦਾ ਅੱਡਾ ਆਉਂਦਾ, ਉੱਥੇ ਰਾਠੀ ਕਲਾ ਕੇਂਦਰ ਦਾ ਬੋਰਡ ਹੈ ਜਿਹੜਾ ਰੋਡ ਦੇ ਉੱਪਰ ਲੱਗਿਆ ਹੋਇਆ, ਉੱਥੇ ਤੁਸੀਂ ਰੁਕ ਕੇ ਰਾਠੀ ਵੀਰ ਦਾ ਛੋਟਾ ਜਿਹਾ ਕਮਰਾ 12x12 ਦਾ, ਹੌਲੀ ਹੌਲੀ ਉਹਨੂੰ ਦਰਸ਼ਕਾਂ ਨੇ ਵੱਡਾ ਕਰ ਦੇਣਾ ਦਾਦੇ ਦੀ ਕਿਰਪਾ ਨਾਲ, ਹੈ ਨਾ। ਅਤੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦਿਖਾਓ ਕਲਾ ਕਿਤੇ, ਕਿਉਂਕਿ ਮੈਂ ਨਹੀਂ ਚਾਹੁੰਦਾ ਮੇਰਾ ਟਰੈਕਟਰ ਖਰੀਦੋ, ਤੁਹਾਡੇ ਬੱਚੇ ਆਪਣੇ ਹੱਥੀਂ ਬਣਾਉਣੇ ਕਲਾ ਨੂੰ ਵੇਖ ਕੇ, ਕਿਉਂਕਿ ਚੱਪਲਾਂ ਤੁਹਾਡੇ ਘਰੇ ਆ, ਕਰਦਾਂ ਤੁਹਾਡੇ ਘਰੇ ਆ, ਤੁਹਾਡੇ ਬੱਚੇ ਆਪਣੇ ਹੱਥੀਂ ਕਲਾ ਕਿਰਤੀਆਂ ਤਿਆਰ ਕਰਕੇ ਤੁਸੀਂ ਆਪਣੇ ਘਰ 'ਚ ਸਜਾਓ। ਉਸ ਤੋਂ ਬਾਅਦ ਮੈਂ ਕੁਝ ਕੁ ਵੀਰ ਜੀ ਸਮਾਜ ਦੇ ਲਈ ਜੋ ਚੀਜ਼ਾਂ ਬਣਾਈਆਂ ਮੋਟੀਆਂ ਮੋਟੀਆਂ ਤੁਹਾਨੂੰ ਦਿਖਾਉਣਾ ਚਾਹੁੰਦਾ, ਜੋ ਕਿ ਤੁਸੀਂ ਵੇਖ ਰਹੇ ਹੋ ਚੇਅਰ ਬਣਾਈ ਆਪਾਂ ਮਾੜੇ ਕੰਮਾਂ ਦੇ ਮਾੜੇ ਫਲ। ਅੱਜ ਮੇਰੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ, ਨਸ਼ੇ ਦਾ ਟੀਕਾ ਲਾਉਂਦਾ ਹੋਇਆ, ਚਿੱਟਾ ਪੀਂਦਾ ਹੋਇਆ, ਉਹਦਾ ਨਸ਼ੇ ਦਾ ਵਿਰੋਧ ਕਰਦਾ ਹੋਇਆ ਸ਼ਰਾਬ ਦੀਆਂ ਬੋਤਲਾਂ। ਅੱਜ ਦੇ ਨੌਜਵਾਨ ਨੂੰ ਖਾਸ ਕਰਕੇ ਮੇਰੀ ਬੇਨਤੀ ਹੈ, ਨਸ਼ਿਆਂ ਤੋਂ ਬਚੋ। ਉਸ ਤੋਂ ਬਾਅਦ ਇੱਕ ਚੰਗੀਆਂ ਪੁਸਤਕਾਂ
ਕਹਿੰਦੇ ਸਕੂਟਰ ਦੇ ਵਿੱਚ ਆਪਾਂ ਇਸ ਟੈਂਕੀ ਦੇ ਵਿੱਚ ਕਿੰਨਾ ਕੀਮਤੀ ਸਮਾਨ ਆਪਣਾ ਲੁਕੋ ਸਕਦੇ ਹਾਂ, ਪਾ ਸਕਦੇ ਹਾਂ ਜੇ ਕੋਈ ਘਰ ਦਾ ਸਕੂਟਰ ਦਾ ਥਾਂ ਕਦੇ ਮੋਟਰਸਾਈਕਲ ਨਹੀਂ ਲੈ ਸਕਦਾ। ਇੱਕ ਖਾਸ ਕਰਕੇ ਮੇਰੀ ਬੇਨਤੀ ਹੈ, ਅਵਾਰਾ ਪਸ਼ੂਆਂ ਤੋਂ ਸੜਕਾਂ ਤੇ ਸੁਚੇਤ ਰਿਹਾ ਕਰੋ ਜਦੋਂ ਵੀ ਆਪਣੀ ਮਸ਼ੀਨਰੀ ਚਲਾਉਂਦੇ ਹੋ। ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਰਾਵਣ ਤੁਹਾਡੇ ਅੰਦਰ ਬੈਠਾ ਉਸ ਰਾਵਣ ਨੂੰ ਚਲਾਓ। ਰਾਵਣ ਕਿਉਂ ਬਣਾਇਆ? ਰਾਵਣ ਮੈਂ ਤਾਂ ਬਣਾਇਆ ਜਿਹਦੇ 19 ਤਰੀਕ ਦੁਸਹਿਰੇ ਵਾਲੇ ਦਿਨ ਸਾਡੇ ਲੱਖਾਂ ਭੈਣ ਭਰਾ ਰਾਵਣ ਵੇਖਣ ਗਏ ਸੀਗੇ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੀ ਟ੍ਰੇਨ ਗੁਜਰੀ ਤਾਂ ਉਹ ਵਾਪਸ ਨਹੀਂ ਕਦੇ ਆ ਸਕਦੇ ਵੀਰੋ। ਸਾਨੂੰ ਅੰਦਰਲਾ ਰਾਵਣ ਮਾਰਨਾ ਚਾਹੀਦਾ, ਰਾਵਣ ਦੇ ਪੁਤਲੇ ਜਲਾਉਣ ਦੀ ਜਾਏ, ਮੋਬਾਇਲ ਦੀ ਸਹੀ ਵਰਤੋਂ ਕਰੋ, ਮਾਇਆ ਗੋਲ ਕੱਚ ਘੱਟ ਪਾਇਆ ਕਰੋ। ਬਾਬੇ ਸਾਡੇ ਪੰਜਾਬ 'ਚ ਬਹੁਤ ਅਮੀਰ ਨੇ, ਉਸ ਦਾ ਕੁਆਟੀ ਵਾਲਾ ਉਹ ਚੰਗੇ ਕਲਾਕਾਰ ਸੁਣੋ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ਹਰਮਨ ਚੀਮਾ ਸਾਡੇ ਮਾਨ ਸਾਹਿਬ ਹਰਭਜਨ ਮਾਨ, ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਸਿੱਧੂ ਮੂਸੇਵਾਲਾ ਸਾਡੇ ਮਾਨ, MP ਸਾਹਿਬ ਭਗਵੰਤ ਮਾਨ, ਅਮਰ ਸਿੰਘ ਚਮਕੀਲਾ, ਕੁਲਦੀਪ ਮਾਨ, ਗੁਰਦਾਸ ਮਾਨ, ਲਾਲਚੰਦ ਜਵਲਾ, ਜੱਟੇ ਲੰਗੋਜੇ ਵਜਾਏ ਜਾਂਦੇ। ਉਸ ਤੋਂ ਬਾਅਦ ਤੁਸੀਂ ਬੂਟ ਪਾਲਸ਼ਾਂ ਕਰੀ, ਰੋਟੀ ਹੱਕ ਦੀ ਖਾਈ, ਆਪਣੀ ਵੋਟ ਸੋਚ ਸਮਝ ਕੇ ਪਾਓ, ਬਲੱਡ ਵਰਗਾ ਕੋਈ ਦਾਨ ਨਹੀਂ, ਧੀਆਂ ਦਾ ਸਤਿਕਾਰ ਕਰੋ। ਉਸ ਤੋਂ ਬਾਅਦ ਜਿਹੜੀ ਮੈਂ ਹੁਣੇ ਹੁਣੇ ਕਲਾਕਾਰੀ ਤਿਆਰ ਕੀਤੀ ਜੋ ਕਿ 14 ਫਰਵਰੀ ਨੂੰ ਤੁਸੀਂ ਵੇਖਿਆ ਸਾਡੇ ਪੁਲਵਾਮਾ ਹਮਲੇ ਦੇ ਵਿੱਚ ਜਿਹੜੇ ਸਾਡੀਆਂ ਮਾਵਾਂ ਦੇ ਪੁੱਤ ਸ਼ਹੀਦ ਹੋਏ, ਉਹਨਾਂ ਫੌਜੀ ਵੀਰ ਮੇਰੇ ਕੋਲ ਕਾਫੀ ਆਉਂਦੇ ਨੇ ਜੋ ਬਹੁਤ ਜ਼ਿਆਦਾ ਮੇਰੀ ਕਲਾ ਨੂੰ ਪਿਆਰ ਵੀ ਕਰਦੇ ਨੇ, ਇਹ ਉਹਨਾਂ ਵਾਸਤੇ ਮੈਂ ਫੌਜੀਆਂ ਵਾਸਤੇ ਸਿਰਦਾ ਯਾਦ ਰੱਖਣ ਵਾਸਤੇ ਰਾਠੀ ਕਲਾ ਕੇਂਦਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਇੱਕ ਸੱਚੀ ਪ੍ਰਣਾਮ ਕਰਨ ਵਾਸਤੇ ਰਾਠੀ ਕਲਾ ਕੇਂਦਰ ਦੇ ਵਿੱਚ ਇੱਕ ਫੌਜੀ ਤੇ ਇੱਕ ਤਿਰੰਗਾ ਜਿਹੜਾ ਤੁਸੀਂ ਵੇਖ ਰਹੇ ਸਲੂਟ ਮਾਰਦਾ ਤਿਆਰ ਕੀਤਾ, ਉਸਦਾ ਇਹ ਟਰੈਕਟਰ ਦੇ ਇੰਜਨ ਵੀ ਲੱਗਿਆ ਹੋਇਆ ਵੀਰ ਜੀ। ਹਾਂਜੀ ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਓ ਤਾਂ ਕਿ ਰਾਠੀ ਵੀਰ ਦੀ ਕਲਾ ਦਾ ਆਨੰਦ ਆ ਜੋ ਸਾਡੇ ਸਾਰੇ ਵੀਰ ਮਾਣ ਸਕਣ। ਤੁਸੀਂ ਰਾਠੀ ਵੀਰ ਦੇ ਕਲਾ ਕੇਂਦਰ ਦੇ ਉੱਪਰ ਆਓ ਅਤੇ ਇਸ ਦੀਆਂ ਬਣੀਆਂ ਹੋਈਆਂ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਦਾ ਆਨੰਦ ਮਾਰੋ। ਰਾਠੀ ਕਲਾ ਕੇਂਦਰ ਦਾ ਪੂਰਾ ਐਡਰੈਸ ਵੀਰ ਨੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੀ ਹੋਇਆਗਾ। ਫੈਮਿਲੀ ਸਮੇਤ ਇੱਥੇ ਆਓ ਅਤੇ ਵੀਰ ਦਾ ਕਲਾ ਕੇਂਦਰ ਸਾਰਾ ਤੁਸੀਂ ਦੇਖ ਕੇ ਜਾਓ। ਧੰਨਵਾਦ ਦੋਸਤੋ, ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ। ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜੋ